ਅੱਜ ਦੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚੱਲ ਬਹੁਤ ਵਧੀਆ ਹੋਊਗਾ ਜੀ ਸੋਨਰ ਦੇ ਕਲੂਜ਼ਿੰਗ ਦੇ ਨਾਲ ਤੁਹਾਡਾ ਆਪਣਾ ਫੇਵਰਿਟ ਚੈਨਲ ਇਦਾ ਪੰਜਾਬੀ ਨਹੀਂ ਕੀਤਾ ਸਬਸਕ੍ਰਾਈਬ ਤੇ ਕਰ ਲੋ ਅੱਜ ਹੀ ਕਿਉਂਕਿ ਮਿਲਦੀਆਂ ਨੇ ਖਬਰਾਂ ਤੇ ਤੁਹਾਨੂੰ ਹਰ ਰੋਜ਼ ਨਵੀਆਂ ਤੇ ਤਾਜ਼ੀਆਂ ਜਿੰਦਲੀ ਦੇ ਵਿੱਚ ਆ ਗਏ ਨੇ ਜੀ 11831 ਨਵੇਂ ਕੇਸ 9166 ਮਰੀਜ਼ ਹੋਏ ਨੇ ਠੀਕ ਤੇ 364 ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ ਜੇਕਰ ਗੱਲ ਕੀਤੀ ਜਾਵੇ ਟੈਸਟਾਂ ਦੀ ਕਿ ਕਿੰਨੇ ਕੀਤੇ ਗਏ ਨੇ ਟੈਸਟ ਤੇ ਅੱਜ ਇਟਲੀ ਦੇ ਵਿੱਚ ਕੀਤਾ ਗਿਆ ਜੀ 67174 ਟੈਸਟ ਕੀਤਾ ਗਿਆ ਕੱਲ ਦੇ ਨਾਲੋਂ 90000 350 ਟੈਸਟ ਘੱਟ ਕੀਤਾ ਗਿਆ ਤੇ ਅੱਜ 100 ਪਿੱਛੇ 17 ਬੰਦੇ ਪੋਜ਼ਿਟਿਵ ਨਿਕਲ ਰਹੇ ਸੀ ਤੇ ਜੇ ਪੋਜ਼ਿਟਿਵ ਬੰਦੇ ਹੀ ਗੱਲ ਕਰੀਏ ਤੇ ਕੰਪਨੀਆਂ ਦੇ ਵਿੱਚ ਅਸੀਂ ਗੱਲ ਕਰੀਏ ਕੰਪਨੀਆਂ ਦੇ ਵਿੱਚ ਅੱਜ ਜਿਹੜੇ ਆ 3200 ਤਕਰੀਬਨ ਟੈਸਟ ਕੀਤਾ ਗਿਆ ਟੋਟਲ 3209 ਟੈਸਟ ਕੀਤਾ ਗਿਆ ਤੇ 3209 ਵਿੱਚ 300 92 ਬੰਦੇ ਜਿਹੜੇ ਪੋਜ਼ੀਟਿਵ ਨਿਕਲੇ ਅਤੇ ਟੋਟਲ ਕੰਪਨੀਆਂ ਦੇ ਵਿੱਚ 191000 799 ਹੁਣ ਤੱਕ ਦੇ ਜਿਹੜੇ ਪੋਜ਼ੀਟਿਵ ਹੋ ਚੁੱਕੇ ਆ ਜੀ ਗੱਲ ਕਰੀਏ ਸਭ ਤੋਂ ਵੱਧ ਕੇਸ ਕਿੱਥੇ ਆ ਆਰਐਨਏ 'ਚ ਸਭ ਤੋਂ ਵੱਧ ਕੇਸ ਆ ਰਿਹਾ ਜੀ ਵੈਨੇ ਤੋਂ ਵਿੱਚ ਜਿੱਤੇ 3161 ਕੇਸ ਰਜਿਸਟਰ ਹੋਇਆ ਜੀ ਲੁੰਬਰ ਦੇ ਵਿੱਚ 1202 ਪੀਮੋਂ ਤੇ 433 ਕੰਪਨੀਆਂ ਤੇ 392 ਇਮੀਲੀਆ ਰੋਮਾਨੀਆ ਵਿੱਚ 2035 ਤੇ ਲਾਜ਼ੀਓ ਦੇ ਵਿੱਚ ਆਏ ਨੇ 1275 ਤੋਂ ਉਸ ਤੋਂ ਬਾਅਦ ਜਿੰਨੇ ਜਿੰਨੇ ਬਾਕੀ ਸਾਰੀਆਂ ਸਟੇਟਾਂ ਉਹਨਾਂ ਦੇ ਵਿੱਚ ਹਜ਼ਾਰ ਤੋਂ ਜਿਹੜੇ ਕੇਸਾਂ ਦੀ ਗਿਣਤੀ ਘਟ ਆਈ ਹੈ ਜੀ ਅਲਰਜੀ ਬਾਰੇ ਬਹੁਤ ਗੱਲਾਂ ਆ ਰਹੀਆਂ ਜੀ ਕਿ ਜਿਨ੍ਹਾਂ ਬੰਦਿਆਂ ਨੂੰ ਕਿਸੇ ਲਾਤੀਚੇ ਤੋਂ ਪ੍ਰੋਬਲਮ ਹੈ ਜਾਂ ਜਿਨ੍ਹਾਂ ਨੂੰ ਗੋਲੀਆਂ ਖਾਣ ਤੋਂ ਪ੍ਰੋਬਲਮ ਹੈ ਕੀ ਉਹ ਵੈਕਸੀਨ ਲਵਾ ਆ ਸਕਦੇ ਨੇ ਹਾਂ ਜੀ ਕਿਉਂਕਿ ਅਮਰੀਕਾ ਦੇ ਕੁਝ ਐਕਸਪਰਟ ਨੇ ਜੋ ਸਿਰਫ ਇਹੀ ਚੀਜ਼ਾਂ ਨੂੰ ਨੋਟ ਕਰਦੇ ਨੇ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਨੂੰ ਇਦਾਂ ਦੇ ਲਾਤੀਚੇ ਤੋਂ ਪ੍ਰੋਬਲਮ ਹੈ ਦੁੱਧ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਕਿਸੇ ਨੂੰ ਉਹ ਵੀ ਵੈਕਸਿਨ ਲਵਾ ਸਕਦੇ ਆ ਜਿਹੜੀ ਫਾਈਜ਼ਰ ਵੈਕਸੀਨਾਂ ਤੇ ਮੋਡਰਨਾ ਵੈਕਸੀਨਾਂ ਉਹਨਾਂ ਨੂੰ ਕੋਈ ਖਾਸ ਨੁਕਸਾਨ ਨਹੀਂ ਕਰੂਗੀ ਬਾਕੀ ਕੀ ਸਿੱਟਾ ਨਿਕਲਦਾ ਲਗਵਾਉਣ ਤੋਂ ਬਾਅਦ ਇਹ ਤਾਂ ਜੀ ਜਿਸ ਟਾਈਮ ਕਿਸੇ ਬੰਦੇ ਨੇ ਲਵਾਣਾ ਉਸ ਵੇਲੇ ਹੀ ਪਤਾ ਲੱਗਣਾ ਹੁਣ ਤਾਂ ਤੁਹਾਨੂੰ ਅਸੀਂ ਇਹੀ ਦੱਸ ਸਕਦੇ ਆ ਕਿ ਜੋ ਐਕਸਪਰਟ ਕਹਿ ਰਹੇ ਨੇ ਉਹਦਾ ਕੀ ਹੋਣਾ ਜੀ ਉਧਰ ਆਪਣੇ ਰਵੈਟ ਉਸਪਿਰਾਂਸਾ ਜੀ ਨੇ ਇੱਕ ਨਵਾਂ ਆਰਡੀਨੈਂਸ ਪਾਸ ਕਰਨ ਜਾ ਰਹੇ 18 ਜਨਵਰੀ ਨੂੰ 18 ਜਨਵਰੀ ਨੂੰ ਨਵਾਂ ਇੱਕ ਆਰਡੀਨੈਂਸ ਪਾਸ ਕੀਤਾ ਜਾ ਰਿਹਾ ਜੀ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਬਰਫਾਂ ਦੇ ਉੱਤੇ ਹੋਣ ਜੇ ਤੁਸੀਂ ਤਿਲਕਣਾ ਪਸੰਦ ਕਰਦੇ ਹੋ ਬਰਫਾਂ ਦੇ ਉੱਤੇ ਤੁਸੀਂ ਸਕੇਟਿੰਗ ਕਰਨਾ ਪਸੰਦ ਕਰਦੇ ਹੋ ਤਾਂ 18 ਜਨਵਰੀ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਪਰ ਫਿਲਹਾਲ ਇਸ ਟਾਈਮ ਇਹ ਵੀ ਅਸੀਂ ਕੋਸ਼ਿਸ਼ ਹੋਰ ਨਹੀਂ کہہ ਸਕਦੇ ਕਿ 18 ਜਨਵਰੀ ਨੂੰ ਵੀ ਹਜੇ ਬਹੁਤ ਟਾਈਮ ਪਿਆ ਤੇ ਇੱਕ ਦਿਨ ਇੱਕ ਸੈਕਿੰਡ ਦੇ ਵਿੱਚ ਇੱਥੇ ਹਾਲਾਤ ਬਦਲ ਜਾਂਦੇ ਆ ਬਰੂਸੇ ਦੇ ਵਿੱਚ 23 ਨਵਾਂ 23 ਨਵੇਂ ਕੇਸ ਆਏ ਅਤੇ 11 ਮਰੀਜ਼ਾਂ ਦੀ ਮੌਤ ਜਿਹੜੀ ਦਰਜ ਹੋਈ ਆ ਇੰਗਲੈਂਡ ਦੀ ਜੇ ਗੱਲ ਕਰੀਂ ਇੰਗਲੈਂਡ ਦੇ ਵਿੱਚ ਜਿਹੜੀ ਸਿਚੁਏਸ਼ਨ ਥੋੜੀ ਜਿਹੀ ਨਾਜ਼ੁਕ ਹੋ ਗਈ ਹੈ ਨਾਜ਼ੁਕ ਅਸੀਂ ਕਿਉਂ ਕਹ ਰਹੇ ਹਾਂ ਕਿਉਂਕਿ ਉੱਥੇ ਦੇ ਕੇਸ ਆ ਕੋਸ ਥੋੜੇ ਜਿਹਾ ਜ਼ਿਆਦਾ ਆ ਰਹੇ ਨੇ ਇੰਗਲੈਂਡ ਦੇ ਵਿੱਚ 58000 ਨਵੇਂ ਕੇਸ ਸਾਹਮਣੇ ਆ ਜੀ ਤਕਰੀਬਨ ਐਗਜ਼ੈਕਟ ਗਿਣਤੀ ਕਰੀ ਤਾਂ 57725 ਨਵੇਂ ਕੇਸ 445 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਜੀ ਤੁਹਾਨੂੰ ਦੱਸਿਆ ਸੀ ਕਿ ਲੰਡਨ ਦੇ ਵਿੱਚ ਹੁਣ ਉਹਨਾਂ ਸਕੂਲ ਜਿਹੜੇ ਆ ਬੱਚਿਆਂ ਦੇ ਬੰਦ ਕਰਨੇ ਆ ਇਟਲੀ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਇਟਲੀ ਦੇ ਵਿੱਚ ਅਸੀਂ ਜਿਹੜੇ ਸਕੂਲ ਖੋਲ੍ਹ ਦੇਣੇ ਨੇ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੇਜੇ ਦਿਲ ਮਿਰਕਾ ਥੋ ਕੀ ਹੁੰਦਾ ਜੀ ਮਾਰਕੀਟ ਦਾ ਜਿਹੜਾ ਕਾਨੂੰਨ ਆ ਨਿਯਮ ਕੇ ਸਾ ਇਸ ਦੇ ਹਿਸਾਬ ਦੇ ਨਾਲ ਚੱਲਦਾ ਜਿਸ ਟਾਈਮ ਕੋਈ ਚੀਜ਼ ਬਹੁਤ ਜ਼ਿਆਦਾ ਹੋਵੇ ਉਹਦੀ ਡਿਮਾਂਡ ਘੱਟ ਹੁੰਦੀ ਹੈ ਤੇ ਜਦੋਂ ਕੋਈ ਚੀਜ਼ ਥੋੜੀ ਘੱਟ ਹੋਵੇ ਉਹਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਤੇ ਰੇਟਾਂ ਦਾ ਵੀ ਹਿਸਾਬ ਇਦਾਂ ਹੀ ਹੁੰਦਾ ਅਸੀਂ ਇਹ ਤੁਹਾਨੂੰ ਗੱਲ ਕਿਉਂ ਕੋਈ ਗੱਲ ਇਸ ਕਰਕੇ ਦੱਸੀ ਹੈ ਕਿ ਜਿਹੜੀਆਂ ਵੈਕਸੀਨਾਂ ਨੇ ਪੂਰੀ ਦੁਨੀਆ ਦੇ ਹਿਸਾਬ ਦੇ ਨਾਲ ਜੇਕਰ ਦੇਖਿਆ ਜਾਏ ਤੇ ਇਹ ਜੋ ਵੈਕਸੀਨਾਂ ਨੇ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਟਾਈਮ ਸਰ ਨਹੀਂ ਪਹੁੰਚਾ ਸਕਣ ਗਿਆ ਕਿਉਂ ਕਿ ਇਸ ਕਰਕੇ ਨਹੀਂ ਕਿ ਇਹਨਾਂ ਦੀ ਕਿਉਂਕਿ ਇਹਨਾਂ ਦੀ ਕਮੀ ਪੈ ਰਹੀ ਹੈ ਕਮੀ ਇਸ ਕਰਕੇ ਨਹੀਂ ਕਿ ਲੋਕੀ ਮੰਗ ਨਹੀਂ ਕਰ ਰਹੇ ਦੇਸ਼ ਮੰਗ ਨਹੀਂ ਕਰ ਰਹੇ ਦੇਸ਼ਾਂ ਦੀ ਮੰਗ ਜ਼ਿਆਦਾ ਪਰ ਜਿਹੜੀਆਂ ਵੀ ਵੈਕਸੀਨਾਂ ਉਹਨਾਂ ਕੋ 19 ਕੋਇੰਟਰੀ ਦੇ ਕੁਆਂਟੀਟੀ ਕuantita ਦੇ ਵਿੱਚ ਕੁਆਂਟੀਟੀ ਦੇ ਵਿੱਚ 19 ਵੈਕਸੀਨਾਂ ਤਿਆਰ ਨਹੀਂ ਹੋ ਪਾ ਰਹੀਆਂ ਕਹਿੰਦਾ ਮਤਲਬ ਥੋੜਾ ਥੋੜਾ ਲੇਟ ਹੋ ਸਕਦਾ ਜੀ ਇਟਲੀ ਦੇ ਵਿੱਚ ਬਹੁਤ ਵਾਰ ਦੱਸਿਆ ਸੀ ਤੁਹਾਨੂੰ ਕਿ ਰੰਗਜ ਪੰਗ ਬਾਨ ਲਈ ਪਹੁੰਚਦੇ ਨੇ ਫਿਰ ਪੁਲਿਸ ਵਾਲਾ ਪੁਲਿਸ ਮੋਕ ਪੁਲਿਸ ਮੇਕਮਾ ਪਹੁੰਚਿਆ ਬਹੁਤ ਵਾਰ ਤੇ ਜੁਰਮਾਨੇ ਕੀਤੇ ਆ ਐਦਾਂ ਹੀ ਬਰਸੇਲ ਬਰਚੇਲੋਨਾ ਦੇ ਵਿੱਚ ਵੀ ਹੋਇਆ ਜਿੱਥੇ ਤਕਰੀਬਨ 1 ਨਹੀਂ 2 ਨਹੀਂ 100 ਨਹੀਂ 50 ਨਹੀਂ 1000 ਬੰਦਾ ਨੱਚ ਟੱਪ ਰਿਆ ਹੀ ਪੰਗੜੇ ਪਾ ਰਿਆ ਹੀ ਡੀਜੇ ਚੱਲ ਰਿਹਾ ਹੀ ਕਹਿੰਨ ਦਾ ਮਤਲਬ 31 ਦਸੰਬਰ ਦੀ ਰਾਤ ਨਵੇਂ ਸਾਲ ਦਾ ਦਿਨ ਅਸੀਰ ਤੇ ਨਵੇਂ ਸਾਲ ਦੇ ਦਿਨ ਉਹਨਾਂ ਦਾ ਮਹੂਰਤ ਬਹੁਤ ਵਧੀਆ ਕੱਢਿਆ ਸ਼ਗਨ ਪਾ ਕੇ ਗਏ ਨੇ ਪੁਲਿਸ ਵਾਲੇ ਸਾਰਿਆਂ ਨੂੰ ਕੱਲੇ-ਕੱਲੇ ਨੂੰ ਫੜ ਕੇ ਜੀ ਸਚਿਲੀਆ ਦੇ ਜਿਹੜੇ ਅਸਿਸ ਸੋਲੇ ਆ ਉਹਨਾਂ ਦਾ ਇੱਕ ਬਿਆਨ ਆਇਆ ਜੀ ਉਹ ਕਹਿ ਰਹੇ ਨੇ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਇਹ ਗੱਲ ਨਹੀਂ ਕਹਿ ਸਕਦੇ ਕਿ ਜਿਹੜਾ ਤੀਜੀ ਲਹਿਰ ਆ ਨਹੀਂ ਆਉਗੀ ਉਹ ਕਹਿ ਰਹੇ ਨੇ ਕਿ ਅਸੀਂ ਤੀਜੀ ਲਹਿਰ ਅਸੀਂ ਤੀਜੀ ਲਹਿਰ ਉੱਡੀ ਕਰਾਂ ਕਹਿੰਦਾ ਮਤਲਬ ਅਸੀਂ ਤੀਜੀ ਲਹਿਰ ਦੇ ਲਈ ਤਿਆਰ ਆ ਇਸ ਕਰਕੇ ਸਾਰੀ ਦੁਨੀਆ ਦੇ ਵਿੱਚ ਜਾਂ ਫਿਰ ਟਲੀ ਦੇ ਵਿੱਚ ਤੀਜੀ ਲਹਿਰ ਆ ਰਹੀ ਆ ਬਹੁਤ ਛੇਤੀ ਆ ਆਪਣੇ ਆਪ ਨੂੰ ਸੇਫ ਨਾ ਸਮਝਿਓ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਜੀ ਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਤੁਹਾਨੂੰ ਅਸੀਂ ਬੋਨਸ ਬਾਰੇ ਦੱਸਿਆ ਕਿ ਬੋਨਸ ਅਸੇ ਨਹੀਂ ਆ ਰਿਹਾ ਸਿਨੀਓਰ ਨਹੀਂ ਕੋ ਆਣਾ ਫਿਰ ਪਦਰਨੀ ਪਦਰਨੀ ਦਾ ਵਗੈਰਾ ਬਹੁਤ ਕੁਝ ਤੁਹਾਨੂੰ ਦੱਸਿਆ ਇਨਫੋਰਮੇਸ਼ਨਾਂ ਦਿੱਤੀਆਂ ਇਹ ਉਹ ਇਨਫੋਰਮੇਸ਼ਨਾਂ ਨੇ ਉਹ ਬੋਨਸ ਨਹੀਂ ਜੋ ਕਿ ਬਜਟ ਦੇ ਵਿੱਚ ਪਾਸ ਹੋਏ ਨੇ ਬਜਟ ਜਿਹੜਾ 2021 ਦੇ ਲਈ ਰੱਖਿਆ ਗਿਆ ਸੀ ਇਹਨੂੰ ਬਿਲਾੰਚੋ ਕਹਿੰਦੇ 2021 ਦੀ ਪਾਰਲੀਮੈਂਟ ਦੇ ਵਿੱਚ ਪਾਸ ਹੋਈ ਆ ਹੁਣ ਚੱਕਰ ਕੀ ਹੋਇਆ ਜੀ ਚੱਕਰ ਇਹ ਹੋਇਆ ਕਿ ਆਪਣੇ ਜੋਸੇਪੇ ਕੋਨਤੇ ਜੀ ਆ ਤੇ ਉਧਰ ਰੈਂਜ ਸੀ ਆ ਇਹ ਦੋਹਾਂ ਮੱਤੇ ਹੋ ਰੈਂਜ ਜੀ ਇਹਨਾਂ ਦੋਹਾਂ ਦੀ ਆਪਸ ਵਿੱਚ ਹੁਣ ਬੰਨ ਨਹੀਂ ਰਹੀ ਹੋ ਸਕਦਾ ਕਿ ਜਿਹੜੀਆਂ ਸਰਕਾਰਾਂ ਦੀ ਗਠਬੰਧਨ ਆ ਜੋ ਸਰਕਾਰਾਂ ਦੀ ਬਹੁਮਤ ਇਹਨਾਂ ਨੇ ਪ੍ਰਾਪਤ ਕੀਤੀ ਆ ਇੱਕ ਦੂਜੇ ਦੇ ਨਾਲ ਰਲ ਕੇ ਇਹ ਸਰਕਾਰ ਹੁਣ ਟੁੱਟ ਸਕਦੀ ਹੈ ਹਾਂਜੀ ਬਿਲਕੁਲ ਸਹੀ ਸੁਣਿਆ ਪੰਗਾ ਪੈ ਸਾਧਾ ਜੀ ਜੇ ਸਰਕਾਰ ਟੁੱਟ ਗਈ ਨਵੀਂ ਸਰਕਾਰ ਜਿਹੜੀ ਫਿਲਹਾਲ ਉਸ ਇਹ ਨਹੀਂ ਕਿ ਅੱਜ ਕੱਲ ਚ ਟੁੱਟ ਜਾਊਗੀ ਇਹ ਵੀ ਹੋ ਸਕਦਾ ਸਾਡੇ ਵਾਹਿਗੁਰੂ ਮੇਰ ਕਰੇ ਜਿੱਦਾਂ ਨਾ ਹੋਵੇ ਇਹ ਵੀ ਹੋ ਸਕਦਾ ਕਿ ਤੁਸੀਂ ਖਬਰ ਸੁਣੋ ਤੇ ਦੂਸਰੀ ਖਬਰ ਸਾਡੀ ਉਸੇ ਬਿਲਿਆਵੇ ਸਰਕਾਰ ਦਾ ਪੈ ਗਿਆ ਪਟਾਕਾ ਸਰਕਾਰ ਦਾ ਗਠਵੰਦਨ ਟੁੱਟ ਗਿਆ ਹੁਣ ਨਵੀਂ ਸਰਕਾਰ ਬਣੂਗੀ ਪਰ ਫਿਲਹਾਲ ਐਸਟੀਐਮ ਜਿਹੜੀ ਸਰਕਾਰ ਆ ਸਾਡੇ ਸਾਰੇ ਬੰਦਿਆਂ ਦੇ ਲਈ ਠੀਕ ਆ ਜੀ ਜੇਕਰ ਸਰਕਾਰ ਦੂਜੀ ਆਪੋਜੀਸ਼ਨ ਪਾਰਟੀ ਦੇ ਨਾਲ ਰਲ ਕੇ ਇਹਨਾਂ ਨੇ ਬਣਾ ਲਈ ਤਾਂ ਫਿਰ ਪੰਗਾ ਪੈਸਾ ਦਾ ਕਿਉਂਕਿ ਜਦੋਂ ਨਵੀਂ ਸਰਕਾਰ ਆਂਦੀ ਆ ਆਪੋਜੀਸ਼ਨ ਵਾਲੇ ਜੇ ਸਾਹਮਣੇ ਆ ਗਏ ਜਿਨ੍ਹਾਂ ਨੇ ਪਹਿਲਾਂ ਹੀ ਕਾਨੂੰਨ ਬਣਾਏ ਸੀਗੇ ਕਿ ਨੈਸ਼ਨਲ ਨੈਸ਼ਨਲਟੀ ਨੂੰ ਦੋ ਨਹੀਂ 4 ਸਾਲ ਹੋਣੇ ਚਾਹੀਦੇ ਆ ਅਜ਼ੀਲੋ ਦੇ ਜਿਨ੍ਹਾਂ ਕੋ ਪੇਪਰ ਉਹਨਾਂ ਨੂੰ ਅਕਾਰਤਾ ਦੀ ਦੇਣ ਤਿਦਾਨੀ ਦੇਣਾ ਇਦਾਂ ਦੇ ਕਾਫੀ ਜਿਹੜੇ ਕਾਨੂੰਨ ਬਣਾਏ ਸੀਗੇ ਕਿ ਯੂਰਪ ਦੀ ਗੱਡੀ ਨੂੰ ਇਟਲੀ ਦੇ ਵਿੱਚ ਚਲਾਣ ਦੇ ਲਈ ਤੇ ਤੁਹਾਨੂੰ ਇੱਕ ਮਹੀਨੇ ਜਾਂ ਇੱਕ ਹਫਤਾ ਜਾਂ ਫਿਰ ਵੱਧ ਤੋਂ ਵੱਧ ਮਹੀਨੇ ਦੇ ਵਿੱਚ ਤੁਹਾਨੂੰ ਤਾਰਿਕਾ ਚੇਂਜ ਕਰਾਉਣਾ ਪੈਣਾ ਜੇਕਰ ਤੁਸੀਂ ਇਟਲੀ ਦੇ ਵਿੱਚ ਤੁਹਾਡਾ ਕੋਈ ਕਾਰਤਾ ਦਿਨਤੀ ਦਾ ਹੈਗਾ ਨਹੀਂ ਕਾਫੀ ਇਦਾਂ ਇਹ ਜੜੀਆਂ ਸਿਗੀਆਂ ਹੋ ਸਕਦਾ ਫਿਰ ਸਾਡੇ ਦੇ ਸਾਰੇ ਕਾਨੂੰਨ ਦੁਬਾਰਾ ਲਾਗੂ ਕਰ ਦਨ ਜਿਹੜਾ 3 ਸਾਲ ਦਾ ਇਟਾਲੀਅਨ ਪਾਸਪੋਰਟ ਲਾਗੂ ਕੀਤਾ ਜਾਂ ਜਿਨ੍ਹਾਂ ਨੂੰ 20 20 ਨਵੰਬਰ ਤੋਂ ਬਾਅਦ ਦਸਾਂ 20 ਨਵੰਬਰ ਤੋਂ ਬਾਅਦ ਜਿਨ੍ਹਾਂ ਨੂੰ 2 ਸਾਲ ਦੇ ਵਿੱਚ ਪਾਸਪੋਰਟ ਮਿਲਣਾ ਇਹ ਵੀ ਹੋ ਸਕਦਾ ਜੇਕਰ اپੋਜੀਸ਼ਨ ਵਾਲੀ ਸਰਕਾਰ ਆ ਜਾਏ ਜਿਹਦਾ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਜਿਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੰਦਾ ਕੌਣ ਹੈ ਜੇਕਰ ਇੱਕ ਵਾਰ ਫੇਰ ਬਣ ਗਿਆ ਲੀਡਰ ਤੇ ਫੇਰ ਪਾਦਾ ਨਹੀਂ ਉਹਨੇ ਸਾਰੇ ਪੜਨੇ ਜੀ ਕਿਉਂਕਿ ਜਿਹੜੇ ਕਾਨੂੰਨ ਕੀਤੇ ਨੇ ਰੱਦ ਉਹਨੇ ਆ ਕੇ ਪਹਿਲਾਂ ਹੀ ਉਹਨਾਂ ਦੇ ਨਾਲ ਛੇੜਛੜ ਕਰਨੀ ਹੈ ਜਿੱਦਾਂ ਇਸ اپੋਜੀਸ਼ਨ اپੋਜੀਸ਼ਨ ਪਾਰਟੀ ਨੇ ਉਹਦੇ ਕਾਨੂੰਨਾਂ ਦੇ ਨਾਲ ਕੀਤੀ ਸੀ ਜੀ ਇਟਲੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਅਸੀਂ ਪਾਰਟੀਆਂ ਦੀ ਗੱਲ ਕਰਦੇ ਤੁਹਾਨੂੰ ਦੱਸੇਗਾ ਪਾਰਟੀ ਦੇ ਵਿੱਚ ਕਾਫੀ ਵਰਡਲੀ ਵਿੱਚ ਪਹੁੰਚੇਟਲੀ ਦੇ ਵਿੱਚ ਹੁਣ ਲਾਸਟਲੀ 2 ਦਿਨਾਂ ਦੇ ਵਿੱਚ ਤਕਰੀਬਨ 2837 ਬੰਦਿਆਂ ਨੂੰ ਜੁਰਮਾਨਾ ਹੋ ਚੁੱਕਾ ਜੀ ਜੇ ਅਸੀਂ ਥੋੜਾ ਜਿਹਾ ਇਹਨੂੰ ਫਨੀ ਵੇ ਦੇ ਵਿੱਚ ਲੈ ਕੇ ਜਾਈਏ ਤਾਂ ਤਕਰੀਬਨ 2800 ਅਬ ਬੰਦਿਆਂ ਨੂੰ ਸ਼ਗਨ ਪੈ ਚੁੱਕਾ ਦੀਏ ਜਿਹੜੇ ਲੈਟਰ ਆ ਉਹਨਾਂ ਦੇ ਵਿੱਚ 173 ਦੁਕਾਨ ਵਾਲੇ ਵੀ ਨੇ ਜਿਨ੍ਹਾਂ ਨੂੰ ਵਿਚਾਰਿਆ ਨੂੰ ਇਹ ਪੈਸੇ ਤਾਰਨੇ ਪਏ ਆ ਲੋਤੇਰੀ ਦੇ ਲਈ ਸਕੁੰਤਰੀ ਨਹੀਂ ਜਿਹਦੇ ਬਾਰੇ ਦੱਸਿਆ ਜਾ ਰਿਹਾ ਕਿ ਤੁਸੀਂ ਵੀਡੀਓ ਆਪਣੀ ਦੁਆਰਾ ਅਪਲੋਡ ਕਰੋ ਜੀ ਦੇਖੋ ਲੋਤੇਰੀ ਦੇ ਲਈ ਸਕੁੰਤਰੀ ਲੋਤੇਰੀ ਦੇ ਲਈ ਸਕੁੰਤਰੀ ਪਤਾ ਕਿ ਸਭ ਤੋਂ ਪਹਿਲਾਂ ਪਤਾ ਕਿਦਾਂ ਲੱਗਣਾ ਕਿ ਅਸੀਂ ਜਿੱਤੇ ਆ ਦੇਖਣ ਦੇ ਲਈ ਕੋਈ ਗੱਲ ਨਹੀਂ ਤੁਹਾਨੂੰ ਉਹ ਉਹਨਾਂ ਦੀ ਵੈਬਸਾਈਟ ਤੇ ਜਾਣਾ ਪੈਣਾ ਉਹਨਾਂ ਤੇ ਆ ਰਿਆ ਪਬਲਿਕਾ ਹੁਣ ਹਾਰੇ ਦੀ ਸਰਵਾਤਾ ਲਿਖਿਆ ਉਹਨੂੰ ਉਹਦੇ ਤੇ ਲੌਗ ਇਨ ਕਰਨਾ ਪੈਣਾ ਲੌਗ ਇਨ ਕਰਨਾ ਪੈਣਾ ਆਪਣਾ ਆਈਡੀ ਪਾਸਵਰਡ ਜਿਹੜਾ ਹੈਗਾ ਉਹਦੇ ਨਾਲ ਕੋਦੀ ਚੀਫ ਅਫਸਰ ਦੇ ਨਾਲ ਏਂਟਰ ਹੋਣਾ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਕੋਸ਼ਿਸ਼ ਜਤਿਆ ਹੋਊਗਾ ਤਾਂ ਉਹਦੇ ਵਿੱਚ ਲਿਖਿਆ ਆਣਾ ਜਿਹੜੀ ਜਿੱਟ ਸਾਂਭਣ ਦੀ ਲੋੜ ਨਹੀਂ ਆਟੋਮੈਟਿਕਲ ਤੁਹਾਡੀ ਜਿਹੜੀ ਟਿਕਟ ਜਨਰੇਟ ਹੋ ਜਾਣੀ ਹੈ ਜੋ ਕਿ ਤੁਸੀਂ ਉਸ ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਕਾਰਸਾਦਿਕੋ ਕੇ ਬਹੁਤ ਵਾਰ ਮੈਨੂੰ ਪੁੱਛਿਆ ਜਾ ਰਿਹਾ ਕਿ ਮੈਂ ਹਾਊਸ ਵਾਈਫ ਹਾਂ ਮੈਂ ਕਾਰਸਾ ਕੀ ਮੈਂ ਇਸ ਲੋਟਰੀ ਦੇ ਲਿਸਕੁੰਟਰੀ ਨਹੀਂ ਦਾ ਹਿੱਸਾ ਬਣ ਸਕਦੇ ਹਾਂ ਹਾਂਜੀ ਜ਼ਰੂਰ ਬਣ ਸਕਦੇ ਹਾਂ ਕਰਨਾ ਕੀ ਹੈ ਜੀ ਕਰਨਾ ਕੁਝ ਨਹੀਂ ਆਪਣਾ ਜਿਹੜਾ ਕੌਡ ਜਿ ਵਿਸਕਾਲਿਓ ਦੇ ਨਾਲ ਰਜਿਸਟਰ ਹੋਣਾ ਵੈਬਸਾਈਟ ਦੇ ਉੱਤੇ ਉਸ ਤੋਂ ਬਾਅਦ ਕੀ ਹੋਣਾ ਜੀ ਉਸ ਤੋਂ ਬਾਅਦ ਕੁਝ ਨਹੀਂ ਹੋਣਾ ਜੀ ਜਿਸ ਵੇਲੇ ਤੁਸੀਂ ਸਮਾਨ ਖਰੀਦਣਾ ਆਪਣਾ ਸਿਰਫ ਤੈਸਰਾ ਸਨੀਤਾਰੀਆ ਜਾਂ ਉਹ ਆਪਣਾ ਕੋਡ ਆ ਜਿਹੜਾ ਉਹ ਸ਼ੋਅ ਕਰਿਓ ਜਿਹੜਾ ਤੁਹਾਨੂੰ ਕੋਡ ਮਿਲਦਾ ਬਸ ਉਹਦੇ ਨਾਲ ਤੁਸੀਂ ਹਿੱਸਾ ਲੈ ਲੈ ਲਿਆ ਤੇ ਬਾਕੀ ਜੇ ਤੁਹਾਡੀ ਕਿਸਮਤ ਆ ਤੁਸੀਂ 1000 10000 20000 ਲੱਖ ਜਿੰਨਾ ਵੀ ਤੁਹਾਡੀ ਕਿਸਮਤ ਜਿ ਕਹਿੰਦੇ ਜਿੰਨੀ ਤੁਹਾਡੀ ਕਿਸਮਤ ਹੋਊਗੀ ਜੀ ਇਦਾਂ ਕਹਿ ਚਾਹੁੰਦੇ ਕਿ ਜਿੰਨੀਆਂ ਮੱਥੇ ਦੀਆਂ ਮੱਥੇ ਦੀਆਂ ਲੇਖਾਵਾਂ ਦੇ ਵਿੱਚ ਲਿਖਿਆ ਤੁਹਾਨੂੰ ਮਿਲਣੇ ਉਹਨੇ ਮਿਲ ਜਾਣੇ ਜਿੰਨੇ ਆਪਣੇ ਹੱਥਾਂ ਦੀਆਂ ਰੇਖਾਵਾਂ ਨਾਲ ਤੁਸੀਂ ਲਿਖਿਆ ਉਹਨੇ ਦਾ ਪਤਾ ਨਹੀਂ ਜੀ ਇਸ ਕਰਕੇ ਕਿਸਮਤ ਅਜਮਾਣੀ ਆ ਤਾਂ ਉਸ ਵੈਬਸਾਈਟ ਉੱਤੇ ਰਜਿਸਟਰ ਹੋ ਜਾਣਾ ਜੀ ਚਲਦੀਆਂ ਜੀ ਲਾਸਟ ਕਵਰ ਆ ਜੀ ਫਰਾਂਸ ਤੋਂ ਫਰਾਂਸ ਦੇ ਵਿੱਚ ਲਾਸਟਲੇ 5 ਦਿਨਾਂ ਦੇ ਵਿੱਚ ਸਿਰਫ 332 ਬੰਦਿਆਂ ਦੇ ਹੀ ਟੀਕਾ ਲੱਗਾ 332 ਬੰਦਿਆਂ ਨੂੰ ਹੀ ਸਿਰਫ ਵੈਕਸੀਨ ਲਾਈ ਗਈ ਹੈ ਜੀ ਜੇ ਆਪਾਂ ਵਾਲੇ ਦਵਾਲੇ ਦੇ ਖੇਡ ਲਈ ਦਾ 45000 ਹੋ ਗਿਆ ਕਿਸੇ ਪਾਸੇ ਕਿੰਨਾ ਹੋ ਗਿਆ ਤੇ ਇੰਗਲੈਂਡ ਦੇ ਵਿੱਚ ਤਕਰੀਬਨ 10 ਲੱਖ ਚੱਲੇ ਜੀ 999000 ਦੇ ਟੀਕਾ ਲੱਗ ਚੁੱਕਾ ਜੀ ਵੈਕਸੀਨ ਲੱਗ ਚੁੱਕੀ ਹੈ ਪਰ ਫਰਾਂਸ ਦੇ ਵਿੱਚ ਥੋੜਾ ਜਿਹਾ ਵਿਵਾਦਾਂ ਵਿੱਚ ਚੱਲ ਰਹੀ ਹੈ ਜੀ ਇਹ ਵੈਕਸੀਨ ਤੇ 에ਸੀ ਲਾਸਟ ਲ ਅਪਡੇਟ ਜਰਮਨ ਦੇ ਵਿੱਚ ਵੀ ਜਿਹੜਾ ਜਿਹੜੀ ਸਿਚੁਏਸ਼ਨ ਕੁਛ ਇਸ ਪ੍ਰਕਾਰ ਦੀ ਹੈ ਜੀ ਇਹਨਾਂ ਦਾ ਭਾਵ ਗਿਆ ਜੀ ਵੈਕਸੀਨ ਆ ਤਾ ਗਈ ਹੈ ਪਰ ਇਹਦੇ ਨਾਲ ਬਹੁਤ ਸਾਰ ਡਰ ਵੀ ਨਾਲ ਆਏ ਨੇ ਤੇ ਮਿਲਦੇ ਹਾਂ ਜੀ ਨੈਕਸਟ ਅਪਡੇਟ ਦੇ ਵਿੱਚ ਉਹਨਾ ਟਾਈਮ ਬਣੇ ਰਹੋ ਸਾਡੇ ਨਾਲ ਨਹੀਂ ਕੀਤਾ ਸਬਸਕ੍ਰਾਈਬ ਤੇ ਕਰ ਲਿਓ ਜਰੂਰ ਕਿਉਂਕਿ ਸੁਣਦੇ ਹੋ ਤੁਸੀਂ ਇਨਕਲੂਡਿੰਗ ਦੇ ਨਾਲ ਹਰ ਰੋਜ਼ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ